10 महीने से ज्यादा हो गए, हम भी किसान हैं, आप भी किसान हैं, यहाँ आंदोलन क्यों नहीं फैल गया? अगर मैं वहां उतर जाता तो उनको भागने का रास्ता नहीं मिलता। 10-11 महीने हो गए, मैं ऐसे लोगों को कहना चाहता हूं कि सुधर जाओ, नहीं तो सामना करो आके, हम आपको सुधार देंगे, 2 मिनट लगेगा केवल। ਕਾਨੂੰਨਾਂ ਦੇ ਨਾਲ ਨਾਲ ਕਿਸਾਨ ਭਾਜਪਾ ਆਗੂਆਂ ਦੇ ਵਿਰੋਧ ਵਿੱਚ ਵੀ ਕੋਈ ਕਮੀ ਨਹੀਂ ਆਉਣ ਦੇ ਰਹੇ। ਉੱਥੇ ਹੀ ਕਿਸਾਨਾਂ ਤੇ ਵੀ ਕੁਝ ਭਾਜਪਾ ਆਗੂ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਨੇ। ਅਜਿਹੇ ਚ ਹੁਣ ਲਖੀਮਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਜੇ ਮਿਸ਼ਰਾ ਟੇਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸਾਫ ਸਾਫ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਕਰੀਬ 10-15 ਲੋਕ ਹੀ ਅੰਦੋਲਨ ਕਰ ਰਹੇ ਨੇ ਅਤੇ ਜੇਕਰ ਖੇਤੀ ਕਾਨੂੰਨ ਗਲਤ ਹੁੰਦੇ ਤਾਂ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਣਾ ਸੀ। ਇੰਨਾ ਹੀ ਨਹੀਂ, ਭਾਜਪਾ ਆਗੂ ਵੱਲੋਂ ਅੰਦੋਲਨਕਾਰੀਆਂ ਨੂੰ ਸੁਧਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਅਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਅੰਦੋਲਨ ਕਰ ਰਹੇ ਲੋਕਾਂ ਨੂੰ 2 ਮਿੰਟ ਵਿੱਚ ਸੁਧਾਰ ਦੇਣਗੇ। ਮੋਦੀ ਜੀ ਦਾ ਸਾਹਮਣਾ ਨਹੀਂ ਕਰ ਪਾ ਰਹੇ ਹੈ, ਐਸੇ ਲੋਕ ਸਾਹਮਣੇ ਇਸ ਤਰ੍ਹਾਂ ਕੇ ਅੰਦੋਲਨੋਂ ਮੇ ਲਗੇ ਨੇ, ਤੋ ਇਹ ਤੋ ਦੇਸ਼ ਕਿਸਾਨੋਂ ਕਾ ਦੇਸ਼। 10 ਮਹੀਨੇ ਸੇ ਜ਼ਿਆਦਾ ਹੋ ਗਏ, ਹਮ ਵੀ ਕਿਸਾਨ ਹੈ, ਆਪ ਵੀ ਕਿਸਾਨ ਹੈ, ਯਹਾਂ ਅੰਦੋਲਨ ਕਿਉਂ ਨਹੀਂ ਫੈਲ ਗਿਆ? ਕਿਉਂ ਹੀ ਵੋ 10-15 ਆਦਮੀ, ਅਗਰ ਹਮ ਉਤਰ ਵੀ ਜਾਤੇ ਤੋ ਭਾਗਤੇ ਹੋਏ ਰਸਤਾ ਨਹੀਂ ਮਿਲਤਾ। ਅਗਰ ਮੈਂ ਵਹਾਂ ਉਤਰ ਜਾਤਾ ਤੋ ਉਨਕੋ ਭਾਗਨੇ ਕਾ ਰਸਤਾ ਨਹੀਂ ਮਿਲਤਾ। ਪੀਠ ਪੀਛੇ ਕਾਮ ਕਰਨੇ ਵਾਲੇ ਲੋਕ, ਐਸੇ 10-15 ਲੋਕ ਯਹਾਂ ਪਰ ਸ਼ੋਰ ਮਚਾਤੇ ਤੋ ਯਹਾਂ ਪੂਰੇ ਦੇਸ਼ ਮੇ ਫੈਲ ਜਾਣਾ ਚਾਹੀਏ ਥਾ ਅੰਦੋਲਨ। ਅਗਰ ਕ੍ਰਿਸ਼ੀ ਕਾਨੂੰਨ ਖਰਾਬ ਹੋ ਤੋ ਕਿਉਂ ਨਹੀਂ ਫੈਲਾ? 10-11 ਮਹੀਨੇ ਹੋ ਗਏ, ਮੈਂ ਐਸੇ ਲੋਕੋ ਕੋ ਕਹਿਣਾ ਚਾਹਤਾ ਹੂੰ ਕਿ ਸੁਧਰ ਜਾਓ, ਨਹੀਂ ਤੋ ਸਾਹਮਣਾ ਕਰੋ ਆਕੇ, ਹਮ ਆਪਕੋ ਸੁਧਾਰ ਦੇਂਗੇ, 2 ਮਿੰਟ ਲਗੇਗਾ ਕੇਵਲ। ਮੈਂ ਕੇਵਲ ਮੰਤਰੀ ਨਹੀਂ ਹੂੰ, ਜੋ ਸਾਂਸਦ ਵਿਧਾਇਕ ਨਹੀਂ ਹੂੰ, ਜੋ ਵਿਧਾਇਕ ਵਾ ਸਾਂਸਦ ਬਣਨੇ ਸੇ ਪਹਿਲੇ ਮੇਰੇ ਵਿਸ਼ੇ ਮੇ ਜਾਣਤੇ ਹੋਂਗੇ, ਉਨਕੋ ਇਹ ਵੀ ਮਾਲੂਮ ਹੋਗਾ ਕਿ ਮੈਂ ਕਿਸੀ ਚੁਣੌਤੀ ਸੇ ਭਾਗਤਾ ਨਹੀਂ ਹੂੰ। ਔਰ ਜਿਸ ਦਿਨ ਮੈਨੇ ਉਸ ਚੁਣੌਤੀ ਕੋ ਸਵੀਕਾਰ ਕਰਕੇ ਕਾਮ ਕਰ ਲਿਆ, ਉਸ ਦਿਨ ਪਲੀਆ ਨਹੀਂ ਲਖੀਮਪੁਰ ਤੱਕ ਛੋੜਨਾ ਪੜ ਜਾਏਗਾ, ਇਹ ਯਾਦ ਰੱਖ। ਮੈਂ ਐਸਾ ਰਾਜਨੀਤਿਕ ਨੇਤਾ ਹੂੰ ਕਿ ਮੈਂ ਸਭੀ ਲੋਕੋ ਕੋ ਲੇ ਕਰਕੇ ਆਜ ਆਪਣੇ 9 ਸਾਲ ਸੇ ਦੇਖਾ, ਮੈਂ ਵਿਧਾਇਕ ਔਰ ਸਾਂਸਦ ਕੇ ਰੂਪ ਮੇ ਕਾਮ ਕਰ ਰਹਾ ਹੂੰ, ਲੇਕਿਨ ਮੈਨੇ ਕਿਸੀ ਕੇ ਲਿਏ ਕਭੀ ਵੀ ਇਸ ਤਰ੍ਹਾਂ ਕਾ ਵਿਵਹਾਰ ਨਹੀਂ ਕੀਆ, ਨਾ ਇਸ ਤਰ੍ਹਾਂ ਕਾ ਮੈਨੇ उसको चैलेंज दिया। लेकिन ये चैलेंज उन लोगों के लिए है जो रात के अंधेरे में चोरी छिपे छुप करके हताशा निराशा और कमजोर लोग हैं, जो मदद होने पर रोते हुए मेरे पास आते हैं और रोते हुए वो यहाँ आकर के अपनी मदद मांगते हैं, और तब भी मैं मदद करता हूँ, मैंने उनको बचाया, नहीं तो वो आज भी रो रहे हो। ऐसे लोग हैं, इनको मैं बताना चाहता हूँ कि सुधर जाए और सुधर करके इस क्षेत्र के विकास में अपना योगदान करें। आप सबका बहुत बहुत धन्यवाद, आपने जो स्वागत किया उसके लिए आपका हृदय से। दर्जी की ये वीडियो सोशल मीडिया ते तेजी नाल वायरल हो रही है, जिस विच भाजपा आगू खेती कानून खिलाफ अंदोलन कर रहे लोगों सीधी सीधी धमकी देंदे हुए नजर आ रहे ने, उन्हां नूं सुधारण की गल भी आख रहे ने। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਆਪੋ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਅਤੇ ਭਾਜਪਾ ਆਗੂ ਅਜੇ ਟੇਨੀ ਨੂੰ ਦਿੱਲੀ ਮੋਰਚੇ 'ਚ ਆਉਣ ਲਈ ਸਿੱਧਾ ਚੈਲੰਜ ਵੀ ਕੀਤਾ ਜਾ ਰਿਹਾ। ਫਿਲਹਾਲ ਭਾਜਪਾ ਆਗੂ ਦੇ ਇਸ ਬਿਆਨ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।